ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ ਅੱਜ ਇੱਥੇ ਤਿੰਨਾਂ ਪੁੱਤਰਾਂ ਨੇ ਬਾਂਦਰ ਸੈਨਾ ਨੇ ਇਹਨਾਂ ਨੇ ਅੱਜ ਇੱਥੇ 11 ਵਜੇ ਦਾ ਇਹਨਾਂ ਨੂੰ ਟਾਈਮ ਦਿੱਤਾ ਸੀ। ਮਾਫੀ ਮੰਗਣਾ ਚਾਹੁੰਦੇ ਹਾਂ ਦਾਈ ਸੰਗਤ ਤੋਂ, ਸਾਡਾ 10 ਮਿੰਟ ਲੇਟ ਹੋ ਗਿਆ 15 ਮਿੰਟ। ਰਾਤ ਦਾ ਹੀ ਪ੍ਰਸ਼ਾਸਨ ਬਹੁਤ ਜ਼ਿਆਦਾ ਤੰਗ ਪ੍ਰਸ਼ਾਸਨ ਕਰ ਰਿਹਾ ਸੀ। ਇੱਧਰ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਸੂ ਤੋਂ ਇੱਥੇ ਗੋਲੇ ਲਿਆ ਕੇ ਸਾਡੇ ਤੇ ਲਾ ਦਿੱਤੇ ਗਏ ਆ। ਉੱਧਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਥੇ ਸਾਡਾ ਅਫਸਰ ਕੁੱਟਿਆ ਗਿਆ, ਉਹਦੀ ਦਸਤਾਰ ਲਾਈ ਗਈ। ਉੱਧਰ ਇਹਨਾਂ ਦੇ ਗੋਲੇ ਕਿੱਥੇ ਦੇ ਉੱਤਰੂ ਗਏ ਤੇ ਗੋਲੇ ਕਿੱਥੇ ਸੀ, ਇਹ ਜਿਹੜੇ ਪੁੱਛਣ ਕੱਲ ਇੱਥੇ ਦੋ ਜਣੇ ਅੱਗੇ ਵੀਡੀਓ ਬਣਾ ਕੇ ਲੈ ਕੇ ਗਏ ਆ। ਅੱਜ ਉਹ ਕਿੱਥੇ ਆ, ਮਰ ਗਏ ਕੀ ਹੋਵੇ, ਇਹਨਾਂ ਦੇ ਗੋਡੇ 'ਚ ਪਾਣੀ ਨਹੀਂ ਰਿਹਾ ਹੁਣ। ਅੱਜ ਇੱਥੇ ਖੜੇ ਨੇ ਸਾਰੇ ਪਿੰਡਾਂ ਵਾਲੇ ਸੰਤਾਂ ਦੇ ਬੱਬਰ ਸ਼ੇਰ, ਜੇ ਤੁਹਾਡੇ 'ਚ ਕੋਈ ਅਣਕ ਗੈਰ ਪਿਆ ਤਾਂ ਇੱਥੇ ਆ ਜਾਓ। ਹੁਣ ਵੀ ਤੁਹਾਨੂੰ ਕਹਿੰਦੇ ਅੱਜ ਸ਼ਾਮ ਤੱਕ ਤੁਹਾਡੀ ਇੱਥੇ ਵੇਟ ਕਰਾਂਗੇ ਕਿ ਇੱਕ ਸੌ ਦੀ ਲਾ ਦਿਓ। ਆ ਜਾਓ, ਮੈਨੂੰ ਤਾਂ ਤੁਸੀਂ ਲੱਗਦੇ ਵੀ ਤੁਸੀਂ ਹਿੰਦੂ ਹੋ, ਕਿਉਂਕਿ ਜਿਹੜਾ ਅਸਲ ਹਿੰਦੂ ਆ ਇਹ ਕੰਮ ਕਰਦਾ ਹੀ ਨਹੀਂ। ਤੁਸੀਂ ਕਿਸੇ ਗੱਦੀ ਨਾਲੇ ਦੇ ਕੀੜੇ ਹੋ ਜਿਹੜੇ ਤੁਸੀਂ ਅੱਜ ਫੇਰ ਵੀ ਇੱਥੇ ਪਹੁੰਚ ਗਏ। ਮੈਂ ਪ੍ਰਸ਼ਾਸਨ ਨੂੰ ਵੀ ਦੱਸ ਦੇਣਾ ਚਾਹੁੰਦਾ, ਸਾਡਾ ਇਹ ਕੰਮ ਸ਼ਾਂਤ ਨਹੀਂ ਆ, ਸਾਡੀ ਛੋੜਨਾ ਕੋਈ ਲਾਗਦਾਰ ਨਹੀਂ, ਕੋਈ ਤਸਲੀ ਨਹੀਂ। ਪਰ ਜਿਹੜੇ ਪੁੱਛਣਾ ਨੂੰ ਉੱਥੇ ਤੁਸੀਂ ਕੋਲ ਖੜਾ ਕੇ ਸਾਡੇ ਸਿੰਘ ਦੀ ਦਸਤਾਰ ਲਵਾਈ ਆ, ਉਹਨਾਂ ਨੂੰ ਲਿਆਓ ਦੂਰ। ਮੈਂ ਹੁਣ ਜਿਹੜੇ ਤੁਹਾਡੀ ਸਕਿਉਰਟੀ ਦੇ ਵਿੱਚ ਕੁੱਤੇ ਦੋ ਤੁਰੇ ਫਿਰਦੇ ਆ, ਉੱਚੀ ਇਹਨਾਂ ਦੀ ਕਾਰਾ ਜਾਵੇ ਧਿਆਨ ਹੋ ਜਾਵੇ। ਕੁਛ ਵੀ ਕੀਤਾ ਉਹਦਾ ਵਿਰੋਧ ਦਾ ਸਾਹਮਣਾ, ਉਹ ਕੁਛ ਵੀ ਉੱਥੇ ਹੋਵੇ, ਚਾਹੇ ਉੱਥੇ ਦੰਗੇ ਪਰਚਣ ਜੋ ਵੀ ਹੋਵੇ, ਉਹਦਾ ਸਿੱਧੇ ਤੌਰ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ। ਸਾਡਾ ਪਹਿਲਾ ਮਕਸਦ ਹੋਊਗਾ ਸ਼ਾਂਤੀ, ਅਸੀਂ ਸ਼ਾਂਤੀ ਦੇ ਵਿੱਚ ਰਹਿ ਕੇ ਹੀ ਕਰਾਂਗੇ, ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਆਊਗਾ ਉਹ ਕਰਾਂਗੇ। ਪਰ ਜੇ ਉਸ ਤੋਂ ਬਾਅਦ ਵੀ ਹੁਣ ਪਹਿਲਾਂ ਆਮ ਸਭ ਪ੍ਰੈਸ ਜਾਣਦੀ ਹੈ, ਇਹਨਾਂ ਨੇ ਬਹੁਤ ਸੰਤਾਂ ਦੇ ਪੁੱਤਰੇ ਬਹੁਤ ਭੱਦੀ ਸੁਧਾਰ ਕਰਤੀ ਹੈ, ਬਹੁਤ ਕੁਛ ਕਰਦੇ ਆ, ਪਰ ਅਸੀਂ ਉਹ ਚੀਜ਼ ਨੂੰ ਹੁਣ ਸਬਰ ਦੇ ਬੰਨ ਟੁੱਟ ਚੁੱਕਿਆ, ਹੁਣ ਅਸੀਂ ਸਬਰ ਨਹੀਂ ਕਰਾਂਗੇ। ਪਰ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਪ੍ਰੈਸ ਦੇ ਜ਼ਰੀਏ, ਇਹ ਜੋ ਵੀ ਜਿੰਨਾ ਵੀ ਘਟੀਆ ਕਰਨਗੇ, ਮਾਰਚ ਕਰਨ, ਸਾਡੇ ਵੱਲੋਂ ਰੈਲੀਆਂ ਕਰਨ, ਜੋ ਮਰਜ਼ੀ ਕਰਨ, ਪਰ ਸਿੱਖ ਭਾਵਨਾਵਾਂ ਨੂੰ ਤੇਜ਼ ਨਾ ਪਹੁੰਚਾਈ ਜਾਵੇ। ਸਾਡੀ ਬੇਨਤੀ ਹੈ ਤੁਹਾਡੇ ਸਬਰ ਬਣਾਏ ਜਾਣ। ਨੌਜਵਾਨਾਂ ਦਾ ਜਿਨ੍ਹਾਂ ਦੇ ਸਿਰਾਂ ਤੇ ਵੀ ਦਸਤਾਰਾਂ ਨਹੀਂ, ਉਹ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹੋਣ ਦੇ ਨਾਤੇ ਅੱਜ ਇੱਥੇ ਹਾਂ ਦਾ ਨਾਰਾ ਮਾਰ ਰਹੇ ਨੇ ਸਹਿਜਧਾਰੀ ਵੀਰ, ਉਹਨਾਂ ਦਾ ਦਿਲੋਂ ਸਨਮਾਨ ਕਰਦੇ ਹਾਂ। ਬੇਨਤੀ ਕਰਦੇ ਹਾਂ ਸਮੁੱਚਾ ਖਾਲਸਾ ਪੰਥ ਨੂੰ ਵੀ ਇਹ ਜੋ ਘਟਨਾਵਾਂ ਪੰਜਾਬ ਦੀ ਧਰਤੀ ਤੇ ਵਾਰ ਵਾਰ ਹੋ ਰਹੀਆਂ ਨੇ, ਇਹਨਾਂ ਨੂੰ ਰੋਕਣ ਦੇ ਲਈ ਆਪਾਂ ਨੌਜਵਾਨ ਖਾਸ ਕਰਕੇ ਲਾਮੰਦ ਹੋਣ ਤੇ ਆਪਣੇ ਕੋਲ ਵੱਧ ਤੋਂ ਵੱਧ ਸ਼ਸਤਰ ਰੱਖੋ। ਜਿੱਥੇ ਵੀ ਕੋਈ ਇੱਦਾਂ ਦੀ ਕਾਰਵਾਈ ਕਰਦਾ ਉਹਨੂੰ ਮੌਕੇ 'ਤੇ ਹੀ ਝਟਕਾ ਦਿਓ, ਮੌਕੇ 'ਤੇ ਫਲ ਭੁਗਤਾਓ, ਇਹ ਫਿਰ ਤੁਹਾਡੀਆਂ ਦਸਤਾਰਾਂ ਸਲਾਮਤ ਰਹਿਣੀਆਂ ਨੇ। ਜੇ ਨਹੀਂ, ਜੇ ਕੋਈ ਉਹਨਾਂ ਨੂੰ ਝਟਕਾਊਗਾ ਜਾਂ ਇੱਦਾਂ ਦੀ ਗੱਲਬਾਤ ਹੋਊਗੀ, ਉਹ ਖਾਲਸਾ ਪੰਥ ਉਹਦਾ ਵਕੀਲ ਅਤੇ ਉਹਦੇ ਪਰਿਵਾਰ ਦਾ ਸਾਰਾ ਰਹਿਣ ਸਹਿਣ ਪੰਥ ਵੱਲੋਂ ਹੋਊਗਾ। ਅੱਗੇ ਕੋਈ ਇਸ ਮਾਰਚ ਦੀ ਅਗਵਾਈ ਨਹੀਂ ਕਰ ਰਿਹਾ, ਕੋਈ ਇੱਥੇ ਲੀਡਰ ਨਹੀਂ, ਇਹ ਸਾਰੇ ਹੀ ਅਗਵਾਈ ਕਰ ਰਹੇ ਨੇ ਅਤੇ ਸਾਰੇ ਹੀ ਲੀਡਰ ਨੇ, ਸਾਰੇ ਹੀ ਖਾਲਸਾ ਪੰਥ ਇੱਥੇ ਇਕੱਠਾ ਆ। ਵਾਹਿਗੁਰੂ ਜੀ ਕਾ ਖਾਲਸਾ।